ਕੀ ਹਾਲ ਆ ਦੋਸਤੋ, ਮੈਂ ਤੁਹਾਡਾ ਆਪਣਾ ਸੌਰਵ ਸ਼ਰਮਾ ਕਰੀਅਰ ਵਿੱਚ ਓਵਰਸੀਜ਼ ਫਗਵਾੜਾ ਤੋਂ ਇੱਕ ਹੋਰ ਸਕਸੈਸ ਵੀਜ਼ਾ ਲੈ ਕੇ ਆਇਆ ਹਾਂ। ਇਹ ਵੀਜ਼ਾ ਚੈੱਕ ਰਿਪਬਲਿਕ ਸ਼ੈਨਗਨ ਵੀਜ਼ਾ ਹੈ। ਇਸ ਵੀਜ਼ੇ ਦੇ ਉੱਤੇ ਤੁਸੀਂ 29 ਦੇਸ਼ਾਂ ਦੀ ਸੈਰ ਕਰ ਸਕਦੇ ਹੋ। ਇਹ ਵੀਜ਼ਾ ਅਸੀਂ ਕੁਲਦੀਪ ਕੌਰ ਸਰਾਂ ਜੀ ਦਾ ਲਿਆ ਹੈ। ਇਹ ਮੋਗੇ ਤੋਂ ਬਾਘਾ ਪੁਰਾਣਾ ਤੋਂ ਬਿਲੋਂਗ ਕਰਦੇ ਨੇ। ਮੈਂ ਸਿਰਫ ਤੁਹਾਡੇ ਤੋਂ ਇਹੀ ਪੁੱਛਾਂਗਾ, ਦੋ ਚਾਰ ਸਵਾਲ ਨੇ ਮੈਡਮ। ਅਸੀਂ ਇਸ ਵੀਜ਼ੇ ਦੀ ਤੁਹਾਡੇ ਤੋਂ ਫੀਸ ਕੀ ਲਈ ਹੈ? 15,000 ਰੁਪਏ ਸਿਰਫ। ਓਕੇ, ਤੁਹਾਡੀਆਂ ਪਹਿਲਾਂ ਰਿਫਿਊਜ਼ਲਸ ਕਿੰਨੀਆਂ ਸਨ? 5 ਰਿਫਿਊਜ਼ਲ ਦੇ ਨਾਲ ਅਸੀਂ ਵੀਜ਼ਾ ਪ੍ਰਾਪਤ ਕੀਤਾ। ਉਸ ਤੋਂ ਇਲਾਵਾ ਤੁਸੀਂ ਫੰਡ ਕਿੰਨੇ ਸ਼ੋਅ ਕੀਤੇ? 4,15,000। ਇਸ ਤੋਂ ਇਲਾਵਾ ਤੁਹਾਡੀ ਡਾਕੂਮੈਂਟੇਸ਼ਨ ਕਿੰਨੀ ਕੁ ਜ਼ਿਆਦਾ ਸੀ? ਮੇਰੀ ਪ੍ਰਾਈਵੇਟ ਸੈਕਟਰ ਜੋਬ ਸੀ, ਉਹਦੇ ਚ ਮੇਰੀਆਂ ਸੈਲਰੀ ਸਲਿਪਸ ਲੱਗੀਆਂ, ਐਨਓਸੀ ਸੀ ਔਰ ਜੁਆਇਨਿੰਗ ਲੈਟਰ। ਬਹੁਤ ਹੀ ਲੈਸ ਡਾਕੂਮੈਂਟੇਸ਼ਨ ਦੇ ਨਾਲ ਅਸੀਂ ਇਹ ਵੀਜ਼ਾ ਪ੍ਰਾਪਤ ਕੀਤਾ। ਤੇ ਸਭ ਤੋਂ ਵੱਡੀ ਗੱਲ ਇਹ ਵੀਜ਼ਾ ਆਉਣ ਤੋਂ ਬਾਅਦ ਇਹਨਾਂ ਦੀ ਸਾਡੇ ਆਫਿਸ ਪਹਿਲੀ ਵਿਜ਼ਿਟ ਹੈ। ਉਸ ਤੋਂ ਪਹਿਲਾਂ ਇਹ ਆਪ ਸਾਡੇ ਕੋਲ ਨਹੀਂ ਆਏ। ਇਹਨਾਂ ਨੇ ਸਾਡੀ ਫੀਸ ਸਾਨੂੰ ਆਨਲਾਈਨ ਪੇ ਕਰ ਦਿੱਤੀ। ਇਹਨਾਂ ਨੇ ਸਾਡੇ ਜੋ ਡਾਕੂਮੈਂਟੇਸ਼ਨ ਸਾਨੂੰ ਕੁਐਰੀ ਸੀ ਉਹ ਸਾਰੇ ਸਾਨੂੰ ਈਮੇਲ ਕਰ ਦਿੱਤੇ। ਮੈਂ ਸਾਰੀ ਫਾਈਲ ਪ੍ਰਪੇਅਰ ਕਰਕੇ ਵਿਦਇਨ ਵੀਕ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤੀ। ਇਹ ਆਪ ਜਲੰਧਰ ਇਹਨਾਂ ਨੇ ਆਪਣੀ ਫਾਈਲ ਸਬਮਿਟ ਕਰਵਾਈ। ਆਫਟਰ ਦੈਟ ਵੀਜ਼ਾ ਲੱਗ ਕੇ ਪਾਸਪੋਰਟ ਦਾ ਐਡਰੈਸ ਇਹਨਾਂ ਨੇ ਸਾਡੇ ਆਫਿਸ ਦਾ ਦਿੱਤਾ ਸੀ, ਸੋ ਪਾਸਪੋਰਟ ਸਾਡੇ ਆਫਿਸ ਡਿਲੀਵਰ ਕੀਤਾ। ਅੱਜ ਇਹ ਆਪਣਾ ਪਾਸਪੋਰਟ ਲੈਣ ਆਏ ਹਨ, ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਂ। ਅਗਰ ਤੁਸੀਂ ਵੀ ਆਪਣਾ ਯੂਰਪ ਦਾ ਵੀਜ਼ਾ, ਯੂਕੇ ਦਾ, ਕੈਨੇਡਾ ਦਾ ਵੀਜ਼ਾ ਬਹੁਤ ਹੀ ਘੱਟ ਪੈਸਿਆਂ ਤੇ ਬਹੁਤ ਹੀ ਲੈਸ ਡਾਕੂਮੈਂਟੇਸ਼ਨ ਦੇ ਨਾਲ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਆਫਿਸ ਜ਼ਰੂਰ ਵਿਜ਼ਿਟ ਕਰੋ। ਧੰਨਵਾਦ, ਬਹੁਤ ਬਹੁਤ ਮੁਬਾਰਕ। ਥੈਂਕ ਯੂ।